ਦੀ ਰੈਵਨਿਊ ਪਟਵਾਰੀ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਸੰਪੰਨ ਹੋਈ, ਜਿਸ 'ਚ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਪਟਵਾਰੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ। ਅੱਜ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੀ ਮੀਟਿੰਗ ਆ, ਨਿਰਮਲਜੀਤ ਸਿੰਘ ਬਾਜਵਾ ਜੋ ਪੰਜਾਬ ਪ੍ਰਧਾਨ ਨੇ ਉਹਨਾਂ ਦੀ ਪ੍ਰਧਾਨਗੀ ਹੋਈ, ਉਹਦੇ ਵਿੱਚ ਜੋ ਲੁਧਿਆਣੇ ਦੇ ਵਿੱਚ ਗਿੱਲ ਪਟਵਾਰਖਾਨੇ ਦੇ ਵਿੱਚ ਬੈਂਸ ਬ੍ਰਦਰ ਅਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਕੁਝ ਸਾਥੀ ਸੀ ਉਹਨਾਂ ਵੱਲੋਂ ਸਰਕਾਰੀ ਕੰਮ ਦੇ ਵਿੱਚ ਜੋ ਵਿਘਨ ਪਾਉਣ ਦੀ ਉੱਥੇ ਪਾਇਆ ਗਿਆ ਸੀ, ਉਹਦੇ ਰੋਸ ਵਜੋਂ ਜਥੇਬੰਦੀ ਜਿਹੜੀ ਆ ਉਹ ਸੰਘਰਸ਼ ਕਰ ਰਹੀ ਸੀ। ਪਰਸੋਂ ਜਦੋਂ 26 ਤਰੀਕ ਨੂੰ ਰਾਤ ਨੂੰ ਜਿਹੜੇ ਉਹਨਾਂ ਦੇ ਕੁਝ ਸਾਥੀ ਸੀ ਉਹਨਾਂ ਦੇ ਉੱਤੇ 7 ਬੰਦਿਆਂ ਦੇ ਉੱਤੇ ਜਿਹੜੀ FIR ਕਰ ਦਿੱਤੀ ਗਈ ਆ, ਜੋ ਬੈਂਸ ਨੇ ਸਿਮਰਜੀਤ ਸਿੰਘ ਬੈਂਸ ਸਰਕਾਰ ਨੇ ਉਹਨਾਂ ਦੇ ਬਰਖਿਲਾਫ ਅਨੁਸ਼ਾਸਨੀ ਕਮੇਟੀ ਜੋ ਵਿਧਾਨ ਸਭਾ ਦੀ ਹੁੰਦੀ ਆ ਉਹਨੂੰ ਲਿਖ ਦਿੱਤਾ ਗਿਆ। ਲੁਧਿਆਣਾ ਤੋਂ ਯੋਗੇਸ਼ ਕਪੂਰ ਨਾਲ ਬੋਬੀ ਕਾਠੀਆ ਦੀ ਰਿਪੋਰਟ, ਚੈਨਲ 2।